ਸਤਿ ਸ਼੍ਰੀ ਅਕਾਲ ਵੀ ਸਾਰਿਆਂ ਨੂੰ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਸਵਾਗਤ ਹੈ ਜੀ ਅਗਲੀ ਵੀਡੀਓ ਦੇ ਵਿੱਚ। ਅਤੇ ਅੱਜ ਆਪਾਂ ਲੋਡ ਚੱਕਣਾ ਇੱਥੋਂ ਫਿਰ ਪੀਟਰਬਰੋ ਤੋਂ, ਅਤੇ ਲੋਡ ਜਾਣਾ ਵਾ ਉੱਥੇ ਮੇਰੇ ਹਿਸਾਬ ਨਾਲ ਲੈਬਨਨ ਜਾਣਾ ਵਾ ਸ਼ਾਇਦ ਪੈਨਸਲਵੇਨੀਆ, ਅਤੇ ਇੱਟਾਂ ਦਾ ਲੋਡ ਹੋਣਾ ਵਾ। ਆਇਓ ਚੱਕੀਏ। ਹਾਂਜੀ ਬਾਈ, ਆ ਲੋਕੇਸ਼ਨ 'ਤੇ ਆ ਗਏ ਆਪਾਂ। ਅੱਗੇ ਵੀ ਆਇਆ ਮੈਂ ਇੱਥੇ ਬਕਹੌਰ ਨਾ ਟਾਰੀਓ, ਇੱਥੇ ਆਪਣੇ ਪੀਟਰਬਰੋ ਦੇ ਨਾਲ, ਅਤੇ ਇੱਕ ਮੇਰੇ ਹਿਸਾਬ ਨਾਲ ਮੇ ਵੀ ਮਾਈਨ ਨਹੀਂ, ਪਤਾ ਨਹੀਂ ਯਾਰ, ਕੋਈ ਲੇਕ ਆ ਸ਼ਾਇਦ, ਲੇਕ ਸਟੋਨ ਕੰਪਨੀ ਆ, ਅਪਰ ਕੈਨੇਡਾ ਸਟੋਨ ਕੰਪਨੀ ਆ, ਉਹ ਬੋਰਡ ਲੱਗਿਆ ਵਾ ਥੱਲੇ। ਅੱਗੇ ਮੈਂ ਚੱਕਿਆ ਇੱਥੋਂ ਲੋੜ, ਅਤੇ ਇਹ ਅੰਦਰ ਨੂੰ ਜਾ ਕੇ ਆਇਆ। ਇੱਥੋਂ 5 ਕਿਲੋਮੀਟਰ ਅੰਦਰ ਨੂੰ ਆ, ਕੱਚਾ ਵਾ, ਫਰੋੜ ਹੀ ਆ ਸਾਰਾ, ਕਹਿ ਲਓ ਵਾਹਵਾ ਹੀ ਅੰਦਰ ਨੂੰ ਜਾ ਕੇ ਆ। 5-6 ਕਿਲੋਮੀਟਰ ਹੈਗਾ ਆਰਾਮ ਨਾਲ। ਅਤੇ ਅੱਗੇ ਵੀ ਚੱਕਿਆ ਇੱਥੋਂ ਲੋੜ, ਥੋੜ੍ਹਾ ਜਿਹਾ ਸਟੋਨ ਲੈ ਕੇ ਜਾਣੇ ਆ ਆਪਾਂ, ਵੱਡੇ ਪੱਥਰ ਲੇਕ 'ਚੋਂ ਕੱਢਦੇ ਆ, ਕੋਈ ਸੁੱਕੀ ਸੁੱਕੀ ਲੇਕ ਆ, ਪੁਰਾਣੀ ਲੇਕ ਆ, ਉਹਦੇ ਵਿੱਚੋਂ ਕੱਢਦੇ ਆ। ਸਕੇਲ ਕਰਾ ਕੇ ਇਹਨਾਂ ਨੇ ਉੱਥੇ ਮੂਹਰੋਂ ਦੱਸ ਦੇਣਾ ਵਾ, ਪੰਜਾਬ ਨਹੀਂ ਉੱਥੇ ਜਿੱਥੇ ਲੋਡ ਕਰਨਾ, ਇੱਥੇ ਮੇਰੇ ਹਿਸਾਬ ਨਾਲ ਮੂਹਰੇ ਹੀ ਹੋਊਗਾ ਲੋਡ। ਦਿਖਾਉਂਦੇ ਤੁਹਾਨੂੰ, ਉਦੋਂ ਬਾਅਦ ਫਿਰ ਲੈ ਕੇ ਚੱਲਦੇ ਹਾਂ ਜਿੱਥੇ ਲੋਡ ਕਰਨਾ ਇਹਨਾਂ ਨੇ। ਆਇਓ ਫਿਰ ਵੀਰੇ। ਅਤੇ ਬਾਈ ਲੱਗ ਗਿਆ ਲੋਡ ਕਰਨ, ਅਤੇ ਮੈਂ ਫੋਨ ਯਾਰ ਟਾਈਮ ਲੈਪਸ ਮੈਂ ਦੇਖਿਆ ਵੀ ਰਹਿਣ ਹੀ ਦਈਏ ਬਣਾਉਣ ਨੂੰ, ਉਹ ਬਾਈ ਉੱਥੇ ਲੋਡ ਕਰੀ ਜਾਂਦਾ। ਅਤੇ ਟਾਈਮ ਲੈਪਸ ਮੈਂ ਤਾਂ ਨਹੀਂ ਯਾਰ ਬਣਾ ਰਿਹਾ, ਇੱਥੇ ਜਗ੍ਹਾ ਜੀ ਹੈ ਨਹੀਂ, ਮੈਨੂੰ ਲੱਗਦਾ ਨਹੀਂ ਇੱਥੇ ਜਗ੍ਹਾ ਹੈਗੀ, ਬਾਕੀ ਦੇਖਦਾ ਜੇ ਹੋਈ ਤਾਂ ਮੈਂ ਜ਼ਰੂਰ ਬਣਾਊਂਗਾ। ਉਹ ਬਾਈ ਰੱਖੀ ਜਾਂਦਾ ਨਾ, ਆਹੀ ਚੀਜ਼ਾਂ ਰੱਖਣੀਆਂ ਸਾਰੀਆਂ, ਸਾਰਾ ਆਹੀ ਆ ਜਗਾੜ। ਇੱਥੇ ਲੇਕ ਸੀਗੀ ਇੱਥੇ ਪਹਿਲਾਂ, ਉਹ ਥੱਲੇ ਆ ਉੱਧਰ ਪਰੇ ਜਾ ਕੇ ਲੇਕ ਸੀਗੀ, ਉੱਥੋਂ ਕੱਟ ਕੱਟ ਕੇ ਉਹਦੇ ਲੇਕ 'ਚੋਂ ਕੱਢਦੇ ਆ ਪੱਥਰ ਜਿਹੇ, ਪਤਾ ਨਹੀਂ ਹੋਣਾ ਕੋਈ ਸਿਸਟਮ ਇਹਨਾਂ ਦਾ, ਅਤੇ ਉੱਥੋਂ ਲੋੜ ਕੱਢ ਕੇ ਲਿਆਉਂਦੇ, ਅਤੇ ਇੱਥੇ ਆ ਗਿਆ ਪੈਰਟਾਂ ਬਣਾ ਬਣਾ ਕੇ ਰੱਖੀ ਜਾਂਦੇ ਆ, ਇਹੀ ਲੈ ਕੇ ਜਾਣਗੀਆਂ ਆਪਾਂ। ਚਲੋ ਆਜੋ ਲੈ ਕੇ ਚੱਲਦੇ ਤੈਨੂੰ ਅੱਗੇ। ਵੀਰੇ ਲੋਡ ਆਪਾਂ ਚੱਕ ਲਿਆ ਵਾ, ਅਤੇ ਲੋਡ ਦਾ ਵੇਟ ਹੈਗਾ ਵਾ 46,000 ਪਾਉਂਡ, ਅਤੇ ਸਟੋਨ ਚੱਕਿਆ ਹੈ ਡੈਕੋਰੇਸ਼ਨ ਵਾਸਤੇ ਲੈ ਕੇ ਜਾਣੇ ਆ, ਉਹ ਜਿੱਥੇ ਮੰਗਾਏ ਇਹਨਾਂ ਨੇ ਡੈਕੋਰੇਸ਼ਨ ਵਾਸਤੇ ਮੰਗਾਏ ਆ, ਅਤੇ ਆ ਵੇਲੇ ਦੋ ਸਟਰੈਪਾਂ, ਇਹ ਲੋਡ ਥੋੜ੍ਹਾ ਜਿਹਾ ਐਸਾ ਵੈਸਾ ਹੀ ਆ, ਸਟਰੈਪਾਂ ਥੋੜ੍ਹੀਆਂ ਲਾਦਾ ਪਾਟਣਗੀਆਂ ਕਿਉਂਕਿ ਲੋਡ ਹਿਲਦਾ ਬਹੁਤ ਹੁੰਦਾ ਅੱਗੇ ਮੈਂ ਚੱਕਿਆ ਵਾ, ਅਤੇ ਬਾਕੀ ਦੇਖਦੇ ਕੀ ਬਣਦਾ। ਕਾਰਨਰ ਪ੍ਰੋਟੈਕਟਰ ਲਾਏ ਦੋਨੇ ਪਾਸੇ, ਇੱਧਰ ਵੀ ਉੱਧਰ ਵੀ, ਆ ਐਕਸਲ ਜਿਹੜਾ ਆਪਾਂ ਵਾਲਾ ਇਹਨੂੰ ਖੋਲ੍ਹ ਦੇਣਾ ਪਿੱਛੇ ਨੂੰ ਕਿਉਂਕਿ ਵੇਟ ਜ਼ਿਆਦਾ ਆ, ਅਤੇ ਚੱਲਦੇ ਹਾਂ। ਟਾਈਮ ਵਾਹਵਾ ਹੋ ਗਿਆ, ਮਤਲਬ 3:30 ਵੱਜ ਗਏ ਸ਼ਾਇਦ, ਅੱਜ ਤਾਂ ਨਹੀਂ ਪਹੁੰਚਿਆ ਹੋਣਾ, ਹੁਣ ਕੱਲ੍ਹ ਨੂੰ ਪਹੁੰਚਾਂਗੇ ਉੱਥੇ, ਅਤੇ ਕੱਲ੍ਹ ਨੂੰ ਕਰਾਂਗੇ ਡਿਲੀਵਰੀ, ਅਤੇ ਅਗਲਾ ਲੋਡ ਆਪਣਾ ਬੁੱਕ ਆ ਉੱਥੋਂ, ਅਤੇ ਉੱਥੋਂ ਨਾਲ ਹੀ ਚੱਕ ਕੇ ਅਤੇ ਵਾਪਸ। ਚਲੋ ਮਿਲਦੇ ਰਾਹ 'ਚ ਫਿਰ। ਖੋਲ੍ਹਤਾ ਆਪਾਂ, ਅਤੇ ਬਈ ਜਿਹਨਾਂ ਨੂੰ ਨਹੀਂ ਯਾਰ ਪਤਾ, ਵੈਸੇ ਤਾਂ ਜਿਹੜੇ ਟਰੱਕ ਚਲਾਉਂਦੇ ਬਾਈ ਸਾਰਿਆਂ ਨੂੰ ਪਤਾ ਹੀ ਹੋਣਾ ਵਾ, ਇਹ ਐਕਸਲ ਖੋਲ੍ਹਣ ਦਾ ਇਹ ਮਤਲਬ ਹੁੰਦਾ ਬਈ ਜਿਹੜੇ, ਜੇ ਤਾਂ ਬੰਦ ਹੋਣ ਐਕਸਲ, ਫਿਰ ਜਿਵੇਂ ਪਹਿਲਾਂ ਸੀਗੇ ਜੇ ਨਾਲ ਨਾਲ ਹੋਣ, ਫਿਰ ਇਹ 34,000 ਆਪਾਂ ਇਹ 'ਤੇ ਚੱਕ ਸਕਦੇ ਹਾਂ, ਸਕੇਲ 34,000 ਵੇਟ ਇਹ 'ਤੇ ਹੋਣਾ ਚਾਹੀਦਾ ਮੈਕਸ, 34 ਟਰੇਲ ਉਹਦੇ ਟਰੱਕ ਦੇ ਪਿਛਲੇ ਟਰਾਂ 'ਤੇ, ਅਤੇ 12 ਮਮੂਰਲੇ ਟਰਾਂ 'ਤੇ। ਅਤੇ ਜੇ ਆਪਾਂ ਖੋਲ੍ਹ ਦਈਏ ਇਹਨਾਂ ਨੂੰ, ਜੇ ਆਪਾਂ ਇਹਨਾਂ ਦੋਨਾਂ ਨੂੰ ਮਿਲਾ ਕੇ ਆਪਾਂ ਪਿੱਛੇ ਟਾਇਰਾਂ 'ਤੇ 40,000 ਵੇਟ ਚੱਕ ਸਕਦੇ ਹਾਂ, ਵੀ ਜੇ ਤਾਂ ਬੰਦ ਆ 34,000, ਜੇ ਖੋਲ੍ਹਿਆ ਤਾਂ 40,000 ਪਾਉਂਡ, ਅਤੇ ਮੂਰਲਿਆਂ 'ਤੇ ਉਨਾ ਹੀ ਰਹਿਣਾ ਵਾ 34 ਅਤੇ 12।
ਤਾਂ ਕਰਕੇ ਖੁੱਲ੍ਹ ਜਾਂਦੇ ਹੁਣ ਇਹ ਵੇਟ ਮੇਰਾ ਮੂਹਰੇ ਤਾਂ ਠੀਕ ਆ ਕਿਉਂਕਿ ਮੈਂ ਸੂਈਆਂ ਚੈੱਕ ਕਰ ਲਈਆਂ ਹਵਾ ਵਾਲੀਆਂ ਉਹਦੇ ਨਾਲ ਪਤਾ ਲੱਗ ਜਾਂਦਾ ਵਾ ਅਤੇ ਪਿੱਛੇ ਵਾਲੇ ਖੋਲ੍ਹਣੇ ਪਏ ਸੀਗੇ ਫਿਰ ਪਿੱਛੇ ਵਾਲੇ ਖੋਲ੍ਹਤੇ ਮੈਂ ਅਤੇ ਹੁਣ ਵੇਟ ਕਰਾਵਾਂਗੇ ਵੈਸੇ ਤਾਂ ਸਹੀ ਵੀ ਆਊਗਾ 99% ਸਹੀ ਹੋਊਗਾ ਅਤੇ ਬਾਕੀ ਦੇਖਦੇ ਹਾਂ ਆਇਓ ਚੱਲੀਏ ਫਿਰ ਗੱਲ ਹੈ ਬਈ ਇੱਧਰ ਜਦੋਂ ਆਪਾਂ ਦੂਜੇ ਪਾਸੇ ਆਏ ਨਾ ਜੰਗਲ ਵਾਲੇ ਏਰੀਏ 'ਚ ਆ ਜਾਂਦੇ ਹਾਂ ਭਾਵੇਂ ਕਨੇਡਾ ਭਾਵੇਂ ਅਮੈਰੀਕਾ ਹੋਵੇ ਵਿਊ ਬੜੇ ਸੋਹਣੇ ਆਉਂਦੇ ਯਾਰ ਬਾਕੀ ਗੱਲਾਂ ਦੀਆਂ ਗੱਲਾਂ ਹੁਣ ਕੈਮਰੇ ਨਾਲ ਇੰਨਾ ਵਧੀਆ ਵਿਊ ਦੇਖ ਨਹੀਂ ਰਿਹਾ ਸਾਹਮਣੇ ਬਟ ਜਿਹੜਾ ਅੱਖਾਂ ਨਾਲ ਦੇਖਦਾ ਨਾ ਮੈਂ ਕਹਿੰਦਾ ਸਰਾਈ ਹੋਇਆ ਪਿਆ ਵਾ ਉਹ ਦੂਰ ਤੱਕ ਦਿੰਦਾ ਵਾ ਅਤੇ ਆਈ ਰਾਹ 'ਚ ਉੱਧਰ ਨੂੰ ਪੈਨਸਲਵੇਨੀਆ ਜਦੋਂ ਆਪਾਂ ਜਾਈਦਾ ਵਾ ਆਈ ਥੱਲੇ ਪਾਸੇ ਨੂੰ ਥੱਲੇ ਨਿਊ ਜਰਸੀ ਵਾਲੇ ਪਾਸੇ ਨੂੰ ਆਈ ਰਾਹ 'ਚ ਉੱਧਰ 81 ਹਾਈਵੇ 'ਤੇ ਆਈ ਆਈ ਵਿਊ ਉੱਥੇ ਆਉਂਦੇ ਆ ਬਟ ਇੱਕ ਗੱਲ ਆ ਬਾਈ ਇੱਥੇ ਕਨੇਡਾ ਅਮੈਰੀਕਾ ਇਹਨਾਂ ਨੇ ਗੋਰਿਆਂ ਨੇ ਹਰਿਆਲੀ ਬਹੁਤ ਸਾਂਭ ਕੇ ਰੱਖੀ ਯਾਰ ਜਿੰਨੀ ਕੁ ਲੋੜ ਆ ਉਨਾ ਕੀ ਘੱਟ ਵੱਟ ਕਰਦੇ ਆ ਆਪਣੇ ਵਾਲੇ ਆਂਗੂ ਨਹੀਂ ਲੋੜ ਚ ਕਹਿ ਲਓ ਵੀ ਕਿੱਲੇ ਦੀ ਆ ਵੱਢ ਢਾਈ ਕਿੱਲੇ ਦੇ ਨੇ ਦਰਖਤਾਂ ਦੇ ਅਤੇ ਚਲੋ ਆ ਜਾਓ ਲੈ ਕੇ ਚੱਲਦੇ ਹਾਂ ਅੱਗੇ ਲੋੜ ਅੱਜ ਪੂਰਾ ਨਿਗਾਹ ਰੱਖਣੀ ਪੈਣੀ ਲੋੜ 'ਤੇ ਪੂਰਾ ਖਿੱਲਰ ਹੀ ਨਾ ਜਾਵੇ ਰਾਹ 'ਚ ਚਲੋ ਆ ਜਾਓ ਚੱਲੀਏ ਫਿਰ ਚੱਲਦੇ ਹਾਂ ਅੱਗੇ ਹਾਂਜੀ ਵੀਰੇ ਮੈਂ ਇੱਥੇ ਰੁਕਿਆ ਸੀਗਾ ਆਪਾਂ ਪਾਇਲਟ 'ਤੇ ਨੈਪਨੀ ਵਾਲੇ 'ਤੇ 576 ਵਾਲੇ 'ਤੇ ਮੈਂ ਕਿਹਾ ਸਟਰੈਪਾਂ ਸਟਰੁੱਪਾਂ ਚੈੱਕ ਕਰ ਲਈਏ ਇੱਕ ਮਜੀਦ ਦਿਖਾਉਣਾ ਵਾਲੀ ਸਟਰੈਪ ਨਾ ਜਿਹੜੀ ਆ ਅੰਦਰੋਂ ਕੇ ਸੀ ਘਸ ਘਸ ਕੇ ਟੁੱਟੀ ਜਾਂਦੀ ਆ ਜੇ ਮੈਂ ਨਾ ਇਹਨੂੰ ਸੈੱਟ ਕੀਤਾ ਤਾਂ ਫਿਰ ਇਹ ਰੌਂਗ ਹੋ ਜਾਣਾ ਕੰਮ ਬਾਕੀ ਸਟਰੈਪਾਂ ਓਕੇ ਆ ਮੈਂ ਇੱਥੇ ਪੀਸ ਜਿਹਾ ਲਾਤਾ ਸੀ ਯਾਰ ਕਿਉਂਕਿ ਇੱਥੇ ਵੀ ਸੇਮ ਚੀਜ਼ ਹੀ ਹੁੰਦੀ ਸੀਗੀ ਫਿਰ ਮੈਂ ਇੱਥੇ ਕੀ ਕੀਤਾ ਵੀ ਆਹ ਪੀਸ ਲਾਤਾ ਇੱਕ ਵਾਰੀ ਵੈਸੇ ਤਾਂ ਕਿਤੇ ਜਾਂਦਾ ਨੀਗਾ ਅਤੇ ਆਹ ਬੈਲਟਾਂ ਮੇਰੇ ਕੋਲ ਕੱਟੀਆਂ ਵੀ ਪਈਆਂ ਸੀ ਪਹਿਲਾਂ ਵਾਲੀਆਂ ਪੁਰਾਣੀਆਂ ਥੱਲੇ ਲਾਈਆਂ ਨਾ ਜਿਹੜੀਆਂ ਅਥਰ ਪੁਰਾਣੀਆਂ ਬੈਲਟਾਂ ਕੱਟੀਆਂ ਵੀ ਸੀਗੀਆਂ ਅਤੇ ਹੁਣ ਮੈਂ ਜਾ ਕੇ ਕਰਨਾ ਮੇਰੇ ਕੋਲ ਸਾਰੀਆਂ ਬੈਲਟਾਂ ਜਿਹੜੀਆਂ ਖਰਾਬ ਆ ਆਹ ਇੱਕ ਦੋ ਅਤੇ ਦੋ ਇਹ ਥੱਲੇ ਪਈਆਂ ਵਾ ਸਾਰੀਆਂ ਜਾ ਕੇ ਨਾ ਛੋਟੀਆਂ ਛੋਟੀਆਂ ਕੱਟ ਲੈਣੀਆਂ ਵਾ 2-3 ਇੰਚ ਉਹਦੇ ਨਾਲ ਆਇਆ ਵੀ ਇਹ ਹੋ ਜਾਂਦਾ ਵਾ ਵੀ ਵਰਤੀਆਂ ਜਾਂਦੀਆਂ ਵਾ ਚਲੋ ਆਇਓ ਬਾਕੀ ਸੈੱਟ ਕਰਕੇ ਲੋੜ 'ਤੇ ਫਿਰ ਆਪਾਂ ਨਿਕਲਦੇ ਹਾਂ ਮਿਲਦੇ ਰਾਹ 'ਚ ਆਹ ਲਾਤਾ ਵੀਰੇ ਇੱਥੇ ਮੈਂ ਆਹ ਪਿਆ ਹੀ ਕਾਰਨਰ ਪ੍ਰੋਜੈਕਟਰ ਵੈਸੇ ਟੁੱਟਿਆ ਹੋਇਆ ਵਾ ਇੱਕ ਪਾਸੇ ਪਤਾ ਇੱਕ ਪਾਸੇ ਸੈੱਟ ਸੀਗਾ ਉਹ ਲਾਤਾ ਵਾ ਅਤੇ ਹੁਣ ਨਹੀਂ ਇਹ ਜਾਣਾ ਚਾਹੀਦਾ ਬਾਕੀ ਬੈਲਟਾਂ ਆਲਮੋਸਟ ਠੀਕ ਹੀ ਸੀਗੀਆਂ ਬੜਾ ਹਿੱਲਿਆ ਨਹੀਂ ਲੋੜ ਅਤੇ ਹੁਣ ਹਿੱਲਣਾ ਵੀ ਨਹੀਂ ਕਿਉਂਕਿ ਜਿਹੜਾ ਯਾਰ ਹਿੱਲਣਾ ਹੁੰਦਾ ਉਸ ਪਹਿਲੇ 100-150 ਕਿਲੋਮੀਟਰ ਤਾਂ ਹੀ ਹਿੱਲ ਜਾਂਦਾ ਹੁੰਦਾ ਜਿਹੜਾ ਹਿੱਲਦਾ ਵਾ ਉਦੋਂ ਬਾਅਦ ਤਾਂ ਸੈੱਟ ਹੀ ਹੋ ਜਾਂਦਾ ਵਾ ਚਲੋ ਹੁਣ ਚੱਲਦੇ ਹਾਂ ਅੱਜ ਤਾਂ ਰਾਹ 'ਚ ਰੋਕਾਂਗੇ ਉੱਥੇ ਪਹੁੰਚਦੇ ਤਾਂ ਠਹਿਣੀਗੇ ਬਟ ਜੇ ਰਾਹ 'ਚ ਅੱਜ 2 ਘੰਟੇ ਪਹਿਲਾਂ ਰੋਕਾਂਗੇ ਉੱਥੇ ਰੋਕ ਕੇ ਅਤੇ ਫਿਰ ਦੇਖਦੇ ਹਾਂ ਗਾਹ ਕੀ ਬਣਦਾ ਬਾਰਡਰ 'ਤੇ ਆ ਗਏ ਵੀਰੇ ਆਹ ਗਾਹ ਬੂਥ ਆ ਗਏ ਜਿੱਥੇ ਟੋਲ ਕਟਾਈ ਦਾ ਵਾ ਟੋਲ ਕਟਾਉਣ ਵਾਲਾ ਬੂਥ ਆ ਗਿਆ ਅੱਜ ਆਪਾਂ ਵੀਰੇ ਬਾਰਡਰ ਟੱਪਣਾ ਵਾ ਕਿੰਗਸਟਨ ਵਾਲਾ ਬਾਰਡਰ ਆ ਇੱਥੇ 1000 ਆਈਲੈਂਡ ਆ ਇੱਥੇ 1000 ਆਈਲੈਂਡ ਵਾਲਾ ਬਾਰਡਰ ਆ 1000 ਆਈਲੈਂਡ ਇਹਨੂੰ ਤਾਂ ਕਹਿੰਦੇ ਆ ਬਈ ਜਿਹੜੇ ਬਾਈ ਇੱਥੇ ਰਹਿੰਦੇ ਸਾਰੇ ਉਹਨਾਂ ਨੂੰ ਤਾਂ ਪਤਾ ਹੀ ਹੋਣਾ ਯਾਰ ਵੀ ਕਾਹਤੋਂ ਕਹਿੰਦੇ ਆ ਬਟ ਜਿਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸ ਦਈਏ ਟੋਲ ਕਟਾ ਲਈਏ ਪਹਿਲਾਂ ਚੱਕਰ ਚੱਲ ਜਾਣਾ ਪਰ ਕੈਸ਼ ਦੇਣਾ ਪੈਂਦਾ ਨਾ ਵੈਸੇ ਤਾਂ ਆਪਣੇ ਉਹ ਲੱਗਿਆ ਹੋਇਆ ਡੱਬੀ ਲੱਗੀ ਹੋਈ ਹੈ ਟੋਲ ਵਾਲੀ ਕਈ ਵਾਰੀ ਚੱਲ ਗਿਆ ਅਤੇ 1000 ਆਈਲੈਂਡ ਬਾਈ ਇਹਨੂੰ ਤਾਂ ਕਹਿੰਦੇ ਕਿਉਂਕਿ ਇੱਥੇ ਨਾ ਲੇਕ ਹੈ ਇੱਕ ਲੇਕ ਉਹੀ ਹੈ ਜਿਹੜੀ ਆਪਣੀ ਸੀਐਨ ਟਾਵਰ ਵਾਲੀ ਉੱਥੇ ਟੋਰਾਂਟੋ ਵਾਲੀ ਆ ਉਹ ਇੱਥੇ ਤਾਂ ਹੀ ਆਉਂਦੀ ਹੈ ਇੱਦੋਂ ਵੀ ਗਾਹ ਜਾਂਦੀ ਹੈ ਅਤੇ ਇੱਥੇ ਲੇਕ ਦੇ ਵਿੱਚ 1000 ਨਿੱਕੇ ਨਿੱਕੇ ਟਾਪੂ ਬਣੇ ਹੋਏ ਆ ਆਈਲੈਂਡ ਬਣੇ ਹੋਏ ਆ ਕੋਈ ਉਹਨਾਂ 'ਚੋਂ ਪ੍ਰਾਈਵੇਟ ਵੀ ਹੈ ਬਹੁਤ ਵੀ ਲੋਕਾਂ ਨੇ ਘਰ ਪਾਏ ਹੋਏ ਉੱਥੇ ਵੀ ਬਾਹਲੇ ਵੱਡੇ ਟਾਪੂ ਨਹੀਂ ਗੇ ਵੀ ਕਹਿ ਲਓ ਇੱਕ ਘਰ ਜਿੱਡੇ ਥੋੜ੍ਹੇ ਕਹਿ ਲਓ ਵੀ ਛੋਟੇ ਛੋਟੇ ਹੀ ਆ ਬਾਹਲੇ ਵੱਡੇ ਨਹੀਂ ਗੇ ਵੀ ਇੱਕ ਇੱਕ ਟਾਪੂ ਜਿੱਡੇ ਘਰ ਪਾਏ ਉਹ ਆ ਘਰਾਂ ਜਿੱਡੇ ਟਾਪੂ ਆ ਅਤੇ ਬਾਕੀ ਘੁੰਮਣ ਫਿਰਨ ਨੂੰ ਇੱਥੇ ਵਧੀਆ ਬਣਿਆ ਹੋਇਆ ਵਾ ਅਤੇ ਤਾਂ ਕਰਕੇ ਇਹਨੂੰ ਕਹਿੰਦੇ 1000 ਆਈਲੈਂਡ ਆਹ ਮੈਂ ਤੁਹਾਨੂੰ ਦਿਖਾਉਂਦਾ ਉੱਧਰ ਜਿਵੇਂ ਉਹ ਰਿਹਾ ਨਾ ਉੱਥੇ ਉਹ ਦੇਖੋ ਇਹ ਆ ਉੱਥੇ ਭਾਵੇਂ ਇੱਧਰ ਵੀ ਕਿੰਨੇ ਹੀ ਬਣੇ ਹੋਏ ਆ ਛੋਟੇ ਛੋਟੇ ਟਾਪੂ ਨੇ ਜਿਹੜੇ ਬਣੇ ਹੋਏ ਇਹ 1000 ਆਈਲੈਂਡ ਆ ਤਾਂ ਇਹਨਾਂ ਨੂੰ ਇਹਨੂੰ ਕਹਿ ਦਿੰਦੇ ਇੱਥੇ 1000 ਆਈਲੈਂਡ ਆ ਸ਼ਹਿਰ ਕਹਿ ਲਓ ਜਾਂ ਕੁਛ ਵੀ ਆ 1000 ਆਈਲੈਂਡ ਕਹਿੰਦੇ ਆ
ਜਿਹੜੇ ਗੋਰੇ ਬੁੜੇ ਬੜੇ ਰਿਟਾਇਰ ਟੂਰ ਹੋ ਜਾਂਦੇ ਆ ਮੁੜ ਕੇ ਇਹੋ ਜਿਹੀਆਂ ਥਾਵਾਂ ਤੇ ਆ ਕੇ ਰਹਿਣ ਲੱਗ ਜਾਂਦੇ ਆ। ਵਧੀਆ ਵਾ ਪੀਸਫੁਲ ਇੱਥੇ ਆ, ਸੜਕਾਂ ਹੈ ਨੀ ਗਿਆ, ਲੋਕੀ ਬੋਟਾਂ ਨਾਲ ਹੀ ਆਉਂਦੇ ਜਾਂਦੇ ਆ, ਵੀ ਜੇ ਇੱਧਰ ਆਉਣਾ ਹੋਵੇ ਬੋਟਾਂ ਨਾਲ ਆਉਂਦੇ ਆ ਹੋਵੇ। ਘੈਂਟ ਹੈ ਸ਼ਿਕਾਪੁਰਾ ਤਾਂ ਗੱਡੀਆਂ ਇਹਨਾਂ ਦੀਆਂ ਇੱਕ ਥਾਂ ਖੜੀਆਂ ਹੁੰਦੀਆਂ, ਇਹਨਾਂ ਦੀ ਪਾਰਕਿੰਗ ਹੁੰਦੀ ਹੈ ਪੱਕੀ ਹੋਈ, ਤੇ ਉੱਥੋਂ ਜਾ ਕੇ ਉੱਥੋਂ ਦਾ ਹੀ ਬੋਟ 'ਤੇ ਜਾਂਦੇ ਆ, ਫਿਰ ਉੱਥੋਂ ਗਾਂਹ ਜਾ ਕੇ ਗੱਡੀ 'ਤੇ, ਜੇ ਮਤਲਬ ਗੱਡੀ 'ਤੇ ਪਹੁੰਚਣਾ ਤਾਂ ਬੋਟ ਲੈ ਕੇ ਇੱਥੋਂ ਫਿਰ ਗਾਂਹ ਗੱਡੀ 'ਤੇ ਜਾਈ ਜਾਂਦੇ ਆ। ਸਾਰਾ ਪ੍ਰਾਈਵੇਟ ਹੀ ਆ ਇਹਨਾਂ ਦਾ, ਦੇਖੋ ਸਾਰਾ ਥੱਲੇ ਇੱਧਰ ਆ ਵਿਆ, ਆਹ ਵੀ ਗਰਾਜ ਬਣਿਆ ਵਾ, ਉਹ ਜਿਹੜਾ ਗਰਾਜ ਬਣਿਆ ਨਾ ਬੋਟ ਲਾਉਣ ਨੂੰ, ਉੱਥੇ ਨਾਲ ਘਰ ਆ। ਵਧੀਆ ਜਗ੍ਹਾ ਵਾ, ਬਹੁਤ ਬਹੁਤ ਪੀਸਫੁਲ ਜਿਹਾ ਏਰੀਆ ਵਾ, ਬੜੀ ਕਹਿੰਦੇ ਵਧੀਆ ਕਮਿਊਨਿਟੀ ਹੈ ਇੱਥੇ ਸਾਰੀ। ਬਾਰਡਰ ਟੱਪ ਲਿਆ ਵੀਰੇ ਆਪਾਂ, ਅਤੇ ਹੁਣ ਆਪਾਂ ਐਂਟਰ ਕਰਨਾ ਵਾ, ਸਟੋਪ ਸਿੰਨਾ ਵੀ ਚੱਲੇ ਗਏ, ਹੁਣ ਆਪਾਂ ਐਂਟਰ ਕੀਤੇ ਇੱਧਰ ਨਿਊਯਾਰਕ ਸਟੇਟ, ਨਿਊਯਾਰਕ ਸ਼ਹਿਰ ਹੈਗਾ ਅਲੈਗਜ਼ੈਂਡਰੀਆ ਦੇ, ਆਪਣੀ ਯਾਦ ਕਿਹੜਾ ਕਹਿ ਰਹੀ ਹੈ, ਹਾਂਜੀ ਬਈ। ਅਗਲਾ ਦਿਨ ਹੋ ਗਿਆ ਵਾ, ਰਾਤ ਮੈਂ ਆ ਗਿਆ ਸੀਗਾ ਇੱਥੇ ਪੰਪ 'ਤੇ, ਅਤੇ ਰਾਤ ਵਾ ਹਨੇਰਾ ਹੋ ਗਿਆ ਯਾਰ, ਪਾਰਕਿੰਗ ਵਾਲੇ ਬੜਾ ਔਖਾ ਹੋਇਆ ਕੰਮ, ਫਿਰ ਮੈਂ ਰਿਜ਼ਰਵ 'ਚ ਹੀ ਲਾਤੀ, ਇੱਥੇ ਕੋਈ ਹੈ ਨਹੀਂ ਸੀਗੇ, 7-8 ਪਾਰਕਿੰਗ ਖਾਲੀ ਪਈਆਂ ਸੀਗੀਆਂ, ਅਤੇ ਮੈਂ ਕਿਹਾ ਰਾਤ ਨੂੰ ਤਾਂ ਕਿਹਨੇ ਆਉਣਾ ਵਾ, ਅਤੇ ਮੀਂਹ ਪਿਆ ਰਾਤ ਦੱਬ ਕੇ ਬਈ, ਚਲੋ ਆਇਓ ਤੁਰੀਏ ਫਿਰ, ਹੁਣ ਲੇਟ ਵਾਹਵਾ ਹੋ ਜਾਣਾ ਆਪਾਂ।
ਪਹੁੰਚ ਗਏ ਵੀਰੇ ਡਿਲੀਵਰੀ ਤੇ ਇਹਨਾਂ ਦੀ ਲੋਕੇਸ਼ਨ ਜੀ ਹੈ ਇੱਥੇ ਤੇ ਆਪਾਂ ਉਹ ਪਿੱਛੇ ਲਾਉਣਾ ਵਾ ਸਟੋਨ ਕੰਪਨੀ ਹੈ ਇਹ ਅੱਜ ਮੈਂ ਘਰਾਂ ਦੀ ਡੈਕੋਰੇਸ਼ਨ ਵਾਸਤੇ ਸਟੋਨ ਸਟੂਨ ਲਾਉਂਦੇ ਜਿਹੜੇ ਉਹ ਆ ਰਹੇ ਆ ਮੂਹਰੇ ਬਹੁਤ ਸੋਹਣਾ ਜਗਾੜ ਜਿਹਾ ਬਣਾਇਆ ਵਾ ਇਹਨਾਂ ਦਾ ਪਹਿਨ ਅਤੇ ਅੱਗੇ ਵੀ ਆਇਆ ਮੈਂ ਇੱਥੇ ਅੱਗੇ ਕੀਤੀ ਪਿਛਲੇ ਮਹੀਨੇ ਕੀਤੀ ਡਿਲੀਵਰੀ ਉਹ ਵੀਰੇ ਲਾਤਾ ਟਰੱਕ ਅਤੇ ਇਹਨਾਂ ਦੀ ਐਂਟਰੈਂਸ ਇੱਧਰ ਦੀ ਹੈ ਪਿਛਲੀ ਵਾਰੀ ਮੈਂ ਪਹਿਲੀ ਵਾਰੀ ਆਇਆ ਸੀ ਨਾ ਮੈਂ ਉੱਧਰ ਦੀ ਆਇਆ ਸੀ ਪਿੱਛੇ ਉਹ ਉੱਥੋਂ ਦੀ ਫਸ ਗਿਆ ਸੀ ਟਰੱਕ ਉੱਥੇ ਟਰਨ ਨਹੀਂ ਵੱਜੀ ਸੀਗੀ ਅਤੇ ਉਹ ਸਕਰੈਚ ਜਿਹਾ ਵੀ ਪੈ ਗਿਆ ਸੀ ਮਾੜਾ ਜਿਹਾ ਮੂਹਰੇ ਚਲੋ ਆ ਜਾਓ ਲਾਤਾ ਵੀਰੇ ਆਪਾਂ ਹੁਣ ਚੱਲੀਏ ਪਿਕਅਪ ਨੂੰ ਪਿਕਅਪ ਇੱਥੇ ਦੋ ਕੁ ਘੰਟੇ ਦੀ ਵਾਟ 'ਤੇ ਆ ਕੋਈ ਮਿਲਾ ਤਾਂ ਕਰੇਨ ਕਰੂਨ ਚੱਕਣੀ ਆ ਉੱਥੋਂ ਇਕੁਪਮੈਂਟ ਦੀ ਆ ਸਾਈਟ ਉੱਥੇ ਅਤੇ ਚੱਲਦੇ ਹਾਂ ਇੱਥੇ ਅੰਦਰ ਮੈਂ ਵੀਡੀਓ ਬਣਾ ਕੇ ਲੈ ਇਹਨਾਂ ਦਾ ਯਾਰ ਸਟੋਰ ਜਿਹਾ ਬੜਾ ਸੋਹਣਾ ਬਣਿਆ ਸੀ ਅੰਦਰ ਅਤੇ ਮੈਂ ਬਾਈ ਨੂੰ ਪਹਿਲਾਂ ਤਾਂ ਪੁੱਛਿਆ ਮੈਂ ਕਿਹਾ ਵੀ ਵੀਡੀਓ ਬਣਾ ਲਾਂ ਯਾਰ ਅਤੇ ਉਹ ਕਹਿੰਦਾ ਕੋਈ ਚੱਕਰ ਹੀ ਨਹੀਂ ਵੀ ਬਣਾ ਲਾਂ ਐਂ ਕਈ ਵਾਰੀ ਇੱਥੇ ਇਤਰਾਜ਼ ਕਰ ਜਾਂਦੇ ਆ ਵੀ ਕੰਪਨੀ ਵਾਲੇ ਕਿਉਂਕਿ ਸਾਰਾ ਕੁਛ ਇਹਨਾਂ ਦਾ ਆਪਦਾ ਬਣਿਆ ਹੋਇਆ ਹੁੰਦਾ ਨਾ ਡਿਜ਼ਾਇਨ ਵਗੈਰਾ ਸਾਰਾ ਕੁਛ ਆਪ ਕਰਦੇ ਆ ਤਾਂ ਕਰਕੇ ਕਈ ਵਾਰੀ ਇਹ ਇਤਰਾਜ਼ ਕਰ ਜਾਂਦੇ ਆ ਬਟ ਨਹੀਂ ਵਧੀਆ ਸੀ ਬੰਦੇ ਅਤੇ ਮੈਂ ਪਾਉਂਦਾ ਅਗਲੀ ਕਲਿੱਪ ਵੀਡੀਓ ਬਹੁਤ ਸੋਹਣਾ ਬਣਿਆ ਹੋਇਆ ਯਾਰ ਅੰਦਰ ਮਤਲਬ ਕਿ ਲੈਂਡਸਕੇਪਿੰਗ ਵਾਲੀ ਯਾਰ ਡਿਸਪਲੇ ਇੱਕ ਸ਼ੋਰੂਮ ਕਹਿ ਲਓ ਸ਼ੋਰੂਮ ਬਣਾਇਆ ਵਾ ਸਾਰਾ ਕੁਛ ਵਧੀਆ ਬਣਾਇਆ ਹੋਇਆ ਵਾ ਅਤੇ ਆਹ ਪਾਉਂਦਾ ਕਲਿੱਪ ਵੇਖੋ ਤੁਸੀਂ ਸੋ ਹਾਂਜੀ ਬਈ ਆ ਇਹਨਾਂ ਦੀ ਐਂਟਰੈਂਸ ਬਣੀ ਵੀ ਇੱਥੇ ਸਾਰਾ ਕੁਛ ਡਿਸਪਲੇ ਲਾਇਆ ਹੋਇਆ ਇਹਨਾਂ ਨੇ ਜਿਵੇਂ ਕਿ ਆਪਾਂ ਘਰੇ ਬਣਾਉਣਾ ਹੋਇਆ ਡਿਜ਼ਾਇਨ ਬਣਾਉਣਾ ਹੋਇਆ ਜਿਵੇਂ ਬਾਹਰ ਬੈਕਗ੍ਰਾਉਂਡ 'ਚ ਬਹਿਣ ਨੂੰ ਬਣਾਇਆ ਹੋਇਆ ਵਾ ਅਤੇ ਆਹ ਅੰਦਰ ਜਾ ਕੇ ਐਂਟਰੈਂਸ ਅਤੇ ਆਹ ਇਹਨਾਂ ਦੇ ਪਏ ਆ ਸਮਾਨ ਸਮੂਨ ਖਾਦਾਂ ਖੁਦਾਂ ਪਈਆਂ ਇੱਧਰਲੇ ਪਾਸੇ ਅਤੇ ਆ ਬਲਕ ਮਟੀਰੀਅਲ ਜਿਹੜਾ ਤੁਸੀਂ ਬਲਕ ਦੇ ਵਿੱਚ ਸਟੋਨ ਲਾਉਣੇ ਆ ਜਾਂ ਡਰਾਈਵ 'ਤੇ ਸਟੋਨ ਲਾਉਣੇ ਆ ਜਿਹੋ ਜਿਹੇ ਵੀ ਉਹ ਸਮਾਨ ਜਿਹਾ ਪਿਆ ਵਾ ਬਾਰਬਿਕਿਊ ਪਿਆ ਵਾ ਮਸ਼ੀਨਾਂ ਪਈਆਂ ਵਾ ਲਾਈਟਾਂ ਪਈਆਂ ਵਾ ਬਾਹਰ ਜਿਹੜੇ ਆਪਾਂ ਬੈਕਗ੍ਰਾਉਂਡ 'ਚ ਲਾਉਣੇ ਸਾਰਾ ਬੈਕਗ੍ਰਾਉਂਡ ਵਾਲਾ ਸਮਾਨ ਹੀ ਆ ਰੰਗ ਪਿਆ ਵਾ ਅਤੇ ਆਹ ਪਤਾ ਨਹੀਂ ਯਾਰ ਕਾਹਦੇ ਫਰੇਮ ਜੇ ਪਏ ਸੀ ਇੱਥੇ ਅਤੇ ਇੱਧਰ ਵੀ ਮੈਨੂੰ ਲੱਗਦਾ ਪਤਾ ਨਹੀਂ ਯਾਰ ਹੁਣ ਕੀ ਚੀਜ਼ ਆ ਇਹ ਬਟ ਆਹ ਮੂਹਰੇ ਮਸ਼ੀਨਾਂ ਪਈਆਂ ਅਤੇ ਆਹ ਜਿਹੜੇ ਆਪਾਂ ਸਟੋਨ ਫਲੈਗ ਸਟੋਨ ਕਹਿ ਦਿੰਦੇ ਇਹਨਾਂ ਨੂੰ ਜਿਹੜੇ ਆਪਾਂ ਘਰਾਂ ਦੇ ਉੱਤੇ ਲਾਉਂਦੇ ਹਾਂ ਸਾਈਡਾਂ 'ਤੇ ਥੋੜ੍ਹੇ ਜਿਵੇਂ 4-4 ਫੁੱਟਾਂ 'ਤੇ ਲੱਗੇ ਹੁੰਦੇ ਆ ਅਤੇ ਜਾਂ ਕਈ ਵਾਰੀ ਮੂਹਰੇ ਡੈਕੋਰੇਸ਼ਨ ਵਾਸਤੇ ਲਾਉਂਦੇ ਹੁੰਦੇ ਆ ਅਤੇ ਆਹ ਵੀਨੀਅਰ ਪਤਾ ਨਹੀਂ ਕੀ ਹੈ ਯਾਰ ਇਹ ਵੀ ਕਿਸੇ ਤਰ੍ਹਾਂ ਦੇ ਸਟੋਨ ਹੋਣੇ ਆ ਅਤੇ ਆਹ ਸਾ ਪਿਆ ਮੂਹਰੇ ਅਤੇ ਆਹ ਵੀ ਕੋਈ ਮਸ਼ੀਨ ਜੀ ਪਈ ਆ ਥੱਲੇ ਨਾਲ ਅਤੇ ਬੜਾ ਵਧੀਆ ਬਣਾਇਆ ਵਾ ਯਾਰ ਕੋਈ ਬਾਹਲਾ ਉਹ ਦੂਜਾ ਨਹੀਂ ਗਾ ਇੱਕ ਸਮਾਨ ਜਿਹਾ ਨਹੀਂ ਪਾਇਆ ਵਾ ਬਾਹਲਾ ਅਤੇ ਆ ਇੱਧਰ ਗਾਰਡਨਿੰਗ ਵਾਲਾ ਸਮਾਨ ਜਿਹਾ ਪਿਆ ਸਾਰਾ ਗਾਰਡਨਿੰਗ ਕਰਨ ਨੂੰ ਝੜ ਝੁੜੂ ਪਏ ਆ ਵਧੀਆ ਬਣਾਇਆ ਹੋਇਆ ਯਾਰ ਸੋਹਣਾ ਤਿਆਰ ਕੀਤਾ ਹੋਇਆ ਲਾਈਟਨਿੰਗ ਸੋਹਣੀ ਸੀ ਅੰਦਰ ਤਾਂ ਕਰਕੇ ਖਣੀਤਾ ਸੋਹਣਾ ਲੱਗਦਾ ਸੀਗਾ ਸਟੋਰ ਅੰਦਰੋਂ ਅਤੇ ਬਾਕੀ ਬਾਹਰ ਵੀ ਬਣਿਆ ਹੋਇਆ ਵਾ ਅੱਜ ਬਾਹਰ ਚੱਲਦੇ ਹਾਂ ਹੁਣ ਅਤੇ ਬਾਹਰ ਇਹਨਾਂ ਨੇ ਯਾਰ ਜਿਵੇਂ ਡਿਜ਼ਾਇਨ ਬਣਾ ਕੇ ਰੱਖੇ ਹੋਏ ਆ ਜਿਵੇਂ ਵਾਟਰਫਾਲ ਜਿਵੇਂ ਬਣਾਈ ਵੀ ਆ ਮੂਹਰੇ ਪੌਂਡ ਬਣਾਇਆ ਹੋਇਆ ਆ ਜਿਵੇਂ ਇੱਥੇ ਕੁਰਸੀਆਂ ਰੱਖੀਆਂ ਵਾ ਇੱਕ ਹਿਸਾਬ ਦਾ ਆਈਡੀਆ ਹੋ ਜਾਂਦਾ ਬੰਦੇ ਨੂੰ ਅਤੇ ਆਹ ਪੌਂਡ ਬਣਾਇਆ ਹੋਇਆ ਲੋਕ ਪੌਂਡ ਵੀ ਬਣਾਉਂਦੇ ਆ ਨਾ ਬੈਕ ਯਾਰਡਾਂ 'ਚ ਇੱਥੇ ਜਿਹਨਾਂ ਦੇ ਘਰ ਬਹੁਤ ਵੱਡੇ ਘਰ ਹੁੰਦੇ ਕਈਆਂ ਦੇ ਪਿੱਛੇ ਪਿੱਛੇ ਪੌਂਡ ਬਣੇ ਹੋਏ ਹੁੰਦੇ ਆ ਸੋ ਉਹਦਾ ਇੱਕ ਕਹਿ ਲਓ ਵੀ ਡਿਜ਼ਾਇਨ ਜਿਹਾ ਬਣਾ ਕੇ ਇਹਨਾਂ ਨੇ ਐਗਜ਼ਾਮਪਲ ਪੇਸ਼ ਕੀਤਾ ਹੋਇਆ ਵਾ ਸੋ ਆਹ ਪਿੱਛੇ ਬਹਿਨ ਨੂੰ ਬਣਾਇਆ ਹੋਇਆ ਵਾ ਅਤੇ ਆਹ ਫਾਇਰ ਪਲੇਸ ਦਾ ਡਿਜ਼ਾਇਨ ਬਣਾਇਆ ਹੋਇਆ ਵਿਚਾਲੇ ਉੱਥੇ ਫਾਇਰ ਪਲੇਸ ਲਾ ਕੇ ਜੇ ਕਿਸੇ ਨੇ ਰੱਖਣਾ ਹੋਵੇ ਅਤੇ ਉਹ ਆਪਣਾ ਖੜਾ ਟਰੱਕ ਅਤੇ ਹੁਣ ਆਪਾਂ ਚੱਲੀਏ ਇੱਥੋਂ ਕਿਉਂਕਿ ਆਪਣੇ ਜਾਣ ਨੂੰ ਵੀ ਘੰਟਾ ਲੱਗ ਜਾਣਾ ਘੰਟਾ ਡੇਢ ਦੀ ਵਾਟ ਹੈਗੀ ਹੈ ਮੇਰੇ ਹਿਸਾਬ ਨਾਲ ਅਤੇ ਚੱਲਦੇ ਹਾਂ ਬਹੁਤ ਵਧੀਆ ਬਣਾਇਆ ਹੋਇਆ ਯਾਰ ਬਾਈਆਂ ਦਾ ਪਿਕਅਪ ਲੋਕੇਸ਼ਨ 'ਤੇ ਪਹੁੰਚ ਗਏ ਆਪਾਂ ਅਤੇ ਕਰੇਨਾ ਕਰੇਨ ਲੈ ਕੇ ਜਾਣੀ ਹੈ ਇੱਕ ਜਿਹੜੀਆਂ ਵੱਡੀਆਂ ਖੜੀਆਂ ਨਾ ਇਹਨਾਂ ਵਰਗੀ ਇੱਕ ਲੈ ਕੇ ਜਾਣੀ ਹੈ ਪਹਿਲੀ ਵਾਰੀ ਚੱਕਣੀ ਹੈ ਕਰੇਨ ਅੱਗੇ ਨਹੀਂ ਕਦੇ ਚੱਕੀ ਯਾਰ ਇਹ ਚੈਨਾਂ ਨਾਲ ਹੀ ਹੋਊਗਾ ਵੀ ਲੋਡ ਸਕਿਓਰ ਟੈਸਟ ਕਰਦੇ ਫਿਰਦੇ ਆ ਸਾਰੀਆਂ ਰੈਡੀ ਟੂ ਗੋ ਆ
ਉੱਥੇ ਲਾਉਣਾ ਡੌਗ ਤੇ ਆਪਾਂ ਤੇ ਮੈਂ ਲਾਦਾ ਨਹੀਂ ਵੀਡੀਓ ਬਣਾਉਣ ਦੇਣਗੇ ਲੋਡ ਕਰਦੇ ਆ ਦੀ ਬਟ ਉਦਾਂ ਦਿਖਾ ਦੇਣਾ ਉਹ ਉੱਤੋਂ ਜਿਵੇਂ ਡੌਗ ਤੇ ਲਾ ਕੇ ਪਿੱਛੋਂ ਆਪੇ ਇਹਨਾਂ ਨੇ ਲੋਡ ਕਰ ਦੇਣੀ ਆ ਲੋਡ ਕਰਕੇ ਤੇ ਜਿਵੇਂ ਬਾਈ ਸਿਕਿਓਰ ਕਰਨ ਲੱਗਿਆ ਵਾ ਉਵੇਂ ਆਪਾਂ ਉੱਥੋਂ ਕਰਕੇ ਤੇ ਨਿਕਲ ਜਾਣਾ ਇੱਥੋਂ ਆਹੀ ਐਨ ਆਰ ਕੀ ਕਰੇਨ ਹੀ ਹੋਊਗੀ ਕੋਈ ਇੱਕ ਆਹ ਪਹਿਲਾਂ ਬਾਈ ਲਾਈ ਜਾਂਦਾ ਵਾ ਬੈਕ ਤੇ ਉਦੋਂ ਬਾਅਦ ਆਪਾਂ ਚਲੋ ਆ ਜਾਓ ਫਿਰ ਲੈ ਕੇ ਚੱਲਦੇ ਹਾਂ ਅੱਗੇ ਚੱਕ ਲਿਆ ਵੀਰੇ ਲੋਡ ਆਪਾਂ ਅੰਦਰ ਵਾ ਕੇ ਉਹਨਾਂ ਨੇ ਬਣਾਉਣ ਨਹੀਂ ਦਿੱਤੀ ਯਾਰ ਅਤੇ ਵੈਸੇ ਵੀ ਥਾਂ ਹੈਨੀ ਸੀ ਡੋਕਾਂ ਨੇ ਟਰੱਕ ਬਹੁਤ ਨਾਲ ਨਾਲ ਲੱਗੇ ਤਾਂ ਕਰਕੇ ਅਤੇ ਕਰੇਨ ਚੱਕੀ ਆਪਾਂ ਇਹਨੂੰ ਪਾਈਆਂ ਵਾ ਚਾਰ ਚੇਨਾਂ ਪਾਈਆਂ ਚਾਰ ਹੀ ਬਾਈਂਡਰ ਪਾਏ ਆ ਚੇਨਾਂ ਇੱਧਰ ਨੂੰ ਪਾ ਕੇ ਇੱਥੇ ਆਪਾਂ ਬੰਨਤੀਆਂ ਨਾਲ ਬੰਦੀ ਦੇ ਅਤੇ 20-25 ਹਜ਼ਾਰ ਪਾਉਂਡ ਲੈ ਦੇ ਕੇ ਵੀ 25-26 ਹਜ਼ਾਰ ਪਾਉਂਡ ਆ ਵੇਟ ਅਤੇ ਆ ਇੱਥੇ ਆਪਾਂ ਇੱਕ ਪਿੱਛੇ ਪਾ ਤੀ ਆ ਜਿਹੜਾ ਜਗਾੜ ਜਾਣਾ ਇਹ ਉੱਤੇ ਹੋ ਜਾਂਦਾ ਹੁੰਦਾ ਕਈ ਵਾਰੀ ਤਾਂ ਕਰਕੇ ਚਲੋ ਨਿਕਲੀਏ ਫਿਰ ਹੁਣ ਇਹਨਾਂ ਨੇ ਨਹੀਂ ਬਾਹਲਾ ਟਾਈਮ ਲਾਇਆ ਅੱਧਾ ਘੰਟਾ ਲਾਇਆ ਵਾ ਅੱਧੇ ਘੰਟੇ ਜੰਨ ਕਰਕੇ ਅਤੇ ਜਿੰਨਾ ਚੁਨਾ ਮਾਰ ਕੇ ਮੈਂ ਬਾਹਰ ਆ ਗਿਆ ਵਾਂ ਚਲੋ ਆ ਜਾਓ ਚੱਲੀਏ ਹੁਣ ਅੱਗੇ ਲੈ ਕੇ ਚੱਲਦੇ ਆਹ ਦੇਖੋ ਵੀਰੇ ਵਿਊ ਆਹ ਬਾਈ ਸਾਈਕਲ ਦੀ ਆਹ ਹਾਈਵੇ ਦੀ ਸਾਈਕਲ ਦੀ ਕਰਦਾ ਹੈ ਕਿ ਨਹੀਂ ਯਾਰ ਹਾਂਜੀ ਵੀਰੇ ਰੈਸਟ ਏਰੀਏ 'ਤੇ ਰੁਕਿਆ ਸੀ ਮੈਂ ਇੱਥੇ I-380 'ਤੇ ਆ ਗਿਆ ਮਾਮਾ ਇੱਧਰ ਪੈਨਸਲਵੇਨੀਆ 'ਚ ਰੈਸਟ ਏਰੀਆ ਬਣਿਆ ਬੜਾ ਸੋਹਣਾ ਯਾਰ ਦਿਖਾਉਂਦਾ ਵਾ ਉੱਧਰਲੇ ਪਰਲੇ ਪਾਸੇ ਉਹ ਦੇਖੋ ਉੱਧਰਲੇ ਪਾਸੇ ਬੜੇ ਸੋਹਣਾ ਵਿਊ ਸੀ ਇੰਨੇ ਕੁ ਏਰੀਏ 'ਚ ਹੀ ਹੈ ਅਤੇ ਵਿਊ ਬੜਾ ਘੈਂਟ ਆ ਇੱਧਰ ਉਹ ਵਿੰਡ ਲੱਗੇ ਵਿੰਡ ਮਿਲ ਲੱਗੇ ਵੇ ਉੱਤੇ ਪਹਾੜਾਂ 'ਤੇ ਅਤੇ ਇੱਧਰ ਪਾਰਕ ਬਣਿਆ ਵਾ ਹਰ ਹਾਈਵੇ 'ਤੇ ਹੁੰਦੇ ਆ ਥੋੜ੍ਹੇ ਥੋੜ੍ਹੇ ਕਿਲੋਮੀਟਰਾਂ ਬਾਅਦ ਆਈ ਜਾਂਦੇ ਰਹਿੰਦੇ ਆ ਅਤੇ ਆਹ ਇੱਥੇ ਲਿਖਿਆ ਵਾ ਹਿਸਟੋਰਿਕ ਨਿਊਯਾਰਕ ਅੱਛਾ ਨਿਊਯਾਰਕ ਐਂਟਰ ਹੋ ਕੇ ਵਾਲਾ ਸੱਚ ਪੈਨਸਲਵੇਨੀਆ ਨਹੀਂ ਨਿਊਯਾਰਕ ਐਂਟਰ ਹੋਇਆ ਹੁਣ ਅਤੇ ਉਹ ਵਾਲਾ ਵਾ ਅਤੇ ਲੋਡ ਆਪਣਾ ਓਕੇ ਆ ਜਮਾਂ ਠੀਕ ਠਾਕ ਆ ਕੁਛ ਨਹੀਂ ਹਿੱਲਿਆ ਹੁੱਲਿਆ ਵਾਲਾ ਇੱਕ ਬਾਈ ਜਿਹੜਾ ਅੱਜ ਮੈਂ ਲੋਡ ਚੱਕਿਆ ਨਾ ਯਾਰ ਇਹ ਕਹਿ ਲਓ ਵੀ ਮੇਰਾ ਡਰੀਮ ਲੋਡ ਹੀ ਸੀਗਾ ਜਦੋਂ ਅੱਗੇ ਫਲੈਟ ਬੈੱਡ ਨਹੀਂ ਚਲਾਉਂਦੇ ਹੁੰਦੇ ਸੀਗੇ ਉਹ ਚਲਾਉਂਦੇ ਹੁੰਦੇ ਸੀ ਦੂਜੀ ਡਰਾਈਵੈਨ ਚਲਾਉਂਦੇ ਹੁੰਦੇ ਸੀਗੇ ਅਤੇ ਉਦੋਂ ਦੇਖਣਾ ਜਿਹੜੇ ਯਾਰਡ 'ਚ ਮੈਂ ਜਿਹੜੀ ਕੰਪਨੀ 'ਚ ਕੰਮ ਕਰਦਾ ਨਾ ਉੱਥੇ ਇੱਕ ਹੋਰ ਕੰਪਨੀ ਨੇ ਵੀ ਲਈਆਂ ਹੋਈਆਂ ਸੀ ਪਾਰਕਿੰਗ 5-7 ਅਤੇ ਉਹ ਫਲੈਟ ਬੈੱਡ ਵਾਲੇ ਸੀਗੇ ਬਾਈ ਆਪਣੇ ਪੰਜਾਬੀ ਸੀਗੇ ਅਤੇ ਉਹ ਆ ਇਹੋ ਜਿਹੇ ਲੋਡ ਚੱਕਦੇ ਨੇ ਕਰੇਨਾ ਕਰੂਨਾ ਅਤੇ ਮੈਨੂੰ ਕਰੇਨ ਬੜੀ ਸੋਹਣੀ ਲਾਦੀ ਹੁੰਦੀ ਉੱਤੇ ਫੱਟੇ ਧਰੀ ਨਾ ਅਤੇ ਮੈਂ ਕਿਹਾ ਕਰਨਾ ਮੈਂ ਕਿਹਾ ਜਦੋਂ ਫਲੈਟ ਬੈੱਡ ਚਲਾਉਣ ਲੱਗੇ ਤਾਂ ਆਹ ਲੋਡ ਚੱਕਿਆ ਕਰਨੇ ਆਪਾਂ ਵੀ ਅਤੇ ਹੁਣ ਵੀ ਇਹ ਮੈਂ ਪਹਿਲੀ ਵਾਰੀ ਚੱਕਿਆ ਵਾ ਮੈਨੂੰ ਹੋ ਗਏ ਘੱਟੋ ਘੱਟ 4 ਮਹੀਨੇ ਹੋ 5 ਮਹੀਨੇ ਹੋ ਗਏ ਚਲਾਉਂਦੇ ਨੂੰ ਫਲੈਟ ਬੈੱਡ ਅਤੇ ਪਹਿਲੀ ਵਾਰੀ ਚੱਕਿਆ ਲੋਡ ਅਤੇ ਕਹਿ ਲਓ ਕਰੀਜ ਹੀ ਸੀਗੀ ਗੱਲ ਤਾਂ ਇਹ ਨਿੱਕੀ ਜਿਹੀ ਵੀ ਆ ਕੋਈ ਐਡੀ ਖਾਸ ਨਹੀਂ ਗੀ ਕਿਹੜਾ ਆਪਾਂ ਮੁੱਲ ਲੈ ਲਈ ਬਟ ਉੱਦਾਂ ਰੀਝ ਸੀਗੀ ਵੀ ਕਰੇਨ ਦਾ ਲੈ ਕੇ ਜਾਣਾ ਲੋਡ ਕਈ ਲੋਕ ਦੋ ਕਰੇਨਾਂ ਵੀ ਚੱਕਦੇ ਇਹ ਇੱਕ ਸੀਗੀ ਆਪਾਂ ਨੂੰ ਇੱਕ ਲਿਆਉਣੀ ਸੀ ਅੱਜ ਇਹ ਵੱਡੀ ਆ ਵੱਡੀ ਹਾਂ ਵੱਡੀ ਆ ਇਹ ਇੱਦਾਂ ਇੱਕ ਛੋਟੀ ਆਉਂਦੀ ਉਹ ਫਿਰ ਦੋ ਰੱਖੀਆਂ ਜਾਂਦੀਆਂ ਵਾ ਅਤੇ ਮੈਂ ਰੁਕਿਆ ਸੀਗਾ ਅਤੇ ਚਲੋ ਮੈਂ ਕਿਹਾ ਚੈੱਕ ਚੁੱਕ ਕਰ ਲਈ ਨਾਲ ਤਾਂ ਲੋਡ ਲੁੜ ਅਤੇ ਨਾਲੇ ਮੈਂ ਵੀਡੀਓ ਬਣਾਵਾਂ ਅੱਜ ਮੈਂ ਲੱਗਦਾ ਮੈਂ ਯਾਰ ਘੱਟ ਬਣਾਈ ਆ ਵੀਡੀਓ ਬਾਕੀ ਯਾਦ ਵੀ ਨਹੀਂ ਯਾਰ ਕਿੰਨੀ ਕੁ ਬਣਾਈ ਕਿੰਨੀ ਕੁ ਨਹੀਂ ਚਲੋ ਆਇਓ ਚੱਲਦੇ ਹਾਂ ਅੱਗੇ ਫਿਰ ਦਿਖਾਉਂਦੇ ਹਾਂ ਤੁਹਾਨੂੰ ਪਹੁੰਚ ਗਏ ਬਾਈ ਆਪਾਂ ਬ੍ਰੈਂਪਟਨ ਅਤੇ ਸਾਡੇ ਕਿ 12 ਹੀ ਵੱਜ ਗਏ ਆ
ਕਰਾਂਗਾ ਮੈਂ 9 ਵਜੇ 9-10 ਵਜੇ ਇੱਥੇ ਨੇੜੇ ਕਰਨੀ ਹੈ ਡਿਲੀਵਰੀ ਅੱਧੇ ਕੁ ਘੰਟੇ ਦੀ ਵਾਟ ਹੀ ਬਾਹਲੀ ਦੂਰ ਨਹੀਂ ਜਾਣਾ ਅਤੇ ਹੁਣ ਮੈਂ ਯਾਰਡ ਪਹੁੰਚ ਚੱਲਿਆ ਬਸ ਕੱਲ੍ਹ ਨੂੰ ਡਿਲੀਵਰੀ ਕੀ ਸਵੇਰੇ ਕਰਕੇ ਲੋਡ ਅਗਲਾ ਚੱਕ ਕੇ ਖੜ੍ਹ ਜਾਣਾ ਆਪਾਂ ਫਿਰ ਜਾਵਾਂਗੇ ਤੁਰਾਂਗੇ ਐਤਵਾਰ ਨੂੰ ਚਲੋ ਮਿਲਦੇ ਸਵੇਰੇ ਫਿਰ ਹਾਂਜੀ ਵੀਰੇ ਆ ਗਏ ਡਿਲੀਵਰੀ 'ਤੇ ਅਤੇ ਆਹ ਇੱਥੇ ਲਾ ਤਾ ਵਾ ਇਹਨਾਂ ਨੇ ਡੋਕ ਜੀ ਬਣਾਈ ਹੈ ਇਹਨਾਂ ਨੇ ਪੱਕੀ ਹੋਈ ਹੈ ਇਹਨਾਂ ਦੀ ਇੱਥੇ ਅਤੇ ਇਹ 'ਤੇ ਲਾ ਕੇ ਅਨਲੋਡ ਕਰਨਗੇ ਹੁਣੇ ਅਤੇ ਆਪਾਂ ਖੋਲ੍ਹ ਦਈਏ ਸਟਰੈਪਾਂ ਸਟਰੁੱਪਾਂ ਅਤੇ ਆਇਓ ਫਿਰ ਖੋਲ੍ਹਤਾ ਵੀਰੇ ਆਪਾਂ ਅਤੇ ਬਾਈ ਦੀ ਵੇਟ ਕਰਦੇ ਹਾਂ ਆਉਂਦਾ ਵਾ ਲਾਉਣ ਉਹ ਵੇ ਕਰੇਨ ਉਹ ਪੁਆਇੰਟ ਲਾਉਣਾ ਜਿਹੜਾ ਕਰੇਨ 'ਚ ਬੈਠਾ ਵਾ ਤਾਂ ਕਰੇਨ ਵੇਖੋ ਬਾਈ ਕਿੱਡੀ ਉੱਚੀ ਹੈ ਮੇਰੇ ਹਿਸਾਬ ਨਾਲ ਹੋਊਗੀ ਯਾਰ ਪਤਾ ਨਹੀਂ ਇੱਡੀ 2-2.5 ਫੁੱਟ ਉੱਚੀ ਤਾਂ ਹੋਊਗੀ ਆਰਾਮ ਨਾਲ ਇਹ ਕਰੇਨਾਂ ਹੁੰਦੀਆਂ ਯਾਰ ਜਿਹੜਾ ਆਹ ਕੰਸਟਰਕਸ਼ਨ ਸਾਈਟਾਂ 'ਤੇ ਵਰਤਦੇ ਹੈ ਨਾ ਉਹ ਕਰੇਨਾਂ ਹੈ ਅਤੇ ਸਾਰੀਆਂ ਇੱਥੇ ਰੈਂਟਲ ਆ ਇਹ ਰੈਂਟਲ ਏਜੰਸੀ ਆ ਇਹ ਜਿਵੇਂ ਕਿਸੇ ਨੂੰ ਚਾਹੀਦੀ ਆ ਫੋਰਕਲਿਫਟ ਪਈ ਆ ਸਾਰਾ ਰੈਂਟ 'ਤੇ ਮਿਲ ਜਾਂਦੀਆਂ ਵਾ ਅਤੇ ਆਹ ਏਜੰਸੀ ਜੋ ਆਈ ਨਵੀਂ ਆ ਇਹਨਾਂ ਨੇ ਮੰਗਾਈ ਹੋਣੀ ਹੈ ਹੋਣੀ ਕੀ ਮੰਗਾਈ ਹੋਈ ਇਹਨਾਂ ਨੇ ਅਤੇ ਆ ਜਾਓ ਫਿਰ ਕਹਿੰਦਾ ਮੈਂ ਪੁੱਛਦਾ ਬਾਈ ਨੂੰ ਕੀ ਕਹਿੰਦਾ ਲੈ ਚੱਲਿਆ ਬਾਈ ਕਰੇਨ ਅਤੇ ਹੈ ਉੱਦਾਂ ਪੂਰੀ ਪੂਰੀ ਸੀਗੀ ਟ੍ਰੇਲਰ 'ਤੇ ਐਨ ਕਹਿ ਲਓ ਇੰਚ ਇੰਚ ਬਾਹਰ ਹੀ ਸੀਗੀ ਫਲੈਟ ਫਿੱਟ ਤੋਂ ਬਟ ਓਕੇ ਆ ਹੋ ਗਿਆ ਆਪਾਂ ਐਮਟੀ ਹੁਣ ਚੱਲੀਏ ਬਰੋ ਆਇਓ ਚਲੋ ਇਹ ਸੀ ਵੀਰੇ ਅੱਜ ਦੀ ਵੀਡੀਓ ਆਪਣੀ ਵੀਡੀਓ ਦੇਖ ਇੱਥੋਂ ਤੱਕ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਈ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਈ ਧਿਆਨ ਰੱਖਿਓ।